ओके ਕਿੱਦਾਂ ਜੀ? ਅੱਜ ਮੈਨੂੰ ਲੱਗਦਾ ਸਾਰੇ ਲਾਲਚ ਹੀ ਬੰਦੇ ਆ ਵੀਡੀਓ ਦੇਖ ਰਹੇ ਹੋਗੇ। ਅੱਜ ਮੈਂ ਰਿਵੀਲ ਕਰਨ ਲੱਗਾ ਆਪਣੀ ਯੂਟਿਊਬ ਦੀ ਇਨਕਮ, ਪੂਰੀ ਕਲੀਅਰ ਪਿਕਚਰ 'ਚ ਦੱਸੂੰਗਾ ਮੈਂ ਤੁਹਾਨੂੰ ਮੈਂ ਕਿੰਨੇ ਪੈਸੇ ਕਮਾਉਣਾ, ਕੋਈ ਵਲ ਬੁਲਾਵੇ ਜੇ ਨਹੀਂ ਪਾਉਣੇ ਮੈਂ। ਜੇ ਮੇਰੀ ਇਨਕਮ ਦੀ ਗੱਲ ਕਰੀਏ, ਇਹ ਥੋੜ੍ਹੀ ਹਾਰਡ ਵੀਡੀਓ ਆ ਕਿਉਂਕਿ ਹਰ ਕੋਈ ਨਹੀਂ ਪਸੰਦ ਕਰਦਾ ਆਪਣੀ ਇਨਕਮ ਦੱਸਣਾ। ਅਤੇ ਮੇਰੀ ਲਾਸਟ 28 ਡੇਜ਼ ਦੀ, ਅੱਜ ਤੋਂ ਲਾਸਟ 28 ਡੇਜ਼ ਦੀ ਇਨਕਮ ਆ $24.45 ਅਮੈਰੀਕਨ ਆਏ। ਅਤੇ ਜੇ ਆਪਾਂ ਕੈਨੇਡੀਅਨ 'ਚ ਕਨਵਰਟ ਕਰਦੇ ਇਹਨੂੰ, ਇਹ ਬਣਦੇ ਆ $35। ਅਤੇ ਜੇ ਆਪਾਂ ਇੰਡੀਅਨ 'ਚ ਕਨਵਰਟ ਕਰਦੇ ਇਹਨੂੰ ਤਾਂ ਬਣਦੇ ਆ ₹1823। ਐਂਡ ਜੇ ਦੇਖੀਏ ਮੇਰੇ ਲਾਸਟ 28 ਡੇਜ਼ 'ਚ ਵਿਊਜ਼ ਕਿੰਨੇ ਆਏ ਆ ਮੇਰੀ ਵੀਡੀਓਜ਼ 'ਤੇ, ਸਾਰੀਆਂ ਜਿੰਨੀਆਂ ਵੀਡੀਓਜ਼ ਆ ਸਾਰੀਆਂ ਓਵਰ 90 ਵੀਡੀਓਜ਼ ਆ ਮੇਰੇ ਯੂਟਿਊਬ ਚੈਨਲ 'ਤੇ। ਟੋਟਲ ਵਿਊਜ਼ 37,791 ਵਿਊਜ਼ ਆਏ ਆ ਮੇਰੇ ਯੂਟਿਊਬ ਚੈਨਲ 'ਤੇ। ਇਹਦੇ 'ਚ ਇਹ ਵੀ ਡਿਪੈਂਡ ਕਰਦਾ ਕਿ ਤੁਸੀਂ ਪੈਸੇ ਜਿਹੜੇ ਆ ਕਿਹੜੀ ਆਡੀਅੰਸ ਵੇਖ ਰਹੀ ਹੈ, ਕਿਹੜੀ ਕੰਟਰੀ ਦੀ ਆਡੀਅੰਸ ਦੇਖ ਰਹੀ ਹੈ। ਅਤੇ ਮੇਰੇ ਕੇਸ 'ਚ ਇੰਡੀਆ ਤੋਂ 68.2%, ਲਾਸਟ 28 ਡੇਜ਼ ਦਾ ਡਾਟਾ ਦੱਸ ਰਿਹਾ ਤੁਹਾਨੂੰ। ਐਂਡ ਕੈਨੇਡਾ ਤੋਂ 15.8%, ਪਾਕਿਸਤਾਨ 3.8%, US 1.2%, UK 0.6%, ਆਸਟ੍ਰੇਲੀਆ 0.5%, ਬੰਗਲਾਦੇਸ਼ 0.4%, UAE 0.1%, ਇਟਲੀ 0.1%। ਇਟਲੀ 'ਚ ਥੋੜ੍ਹਾ ਚੱਲ ਰਿਹਾ ਸਿਸਟਮ ਵਾਹਿਗੁਰੂ ਮਿਹਰ ਕਰਨ। ਐਂਡ ਜਿਹੜੀ ਬਾਕੀ ਅਦਰ ਕੰਟਰੀਜ਼ ਆ 9.2%। ਜੇ ਆਪਾਂ ਇਹਨੂੰ ਸਾਈਡ ਕਰ ਦਈਏ, ਮੇਰੇ ਚੈਨਲ 'ਤੇ ਮੋਸਟ ਵਿਊਡ ਵੀਡੀਓ ਆ 88,635 ਵਿਊਜ਼ ਆ ਵੀਡੀਓ 'ਤੇ, $65.59 ਕਮਾਇਆ ਮੈਂ US ਉਹਦੇ ਤੋਂ, $94 ਕੈਨੇਡੀਅਨ ਬਣਦੇ ਆ, ₹4,932 ਇੰਡੀਅਨ। ਫਿਰ ਜੇ ਆਪਾਂ ਗੱਲ ਕਰੀਏ ਵੀ ਮੇਰੀ ਟੌਪ 2 ਵੀਡੀਓ ਜਿਹੜੀ 58,000 ਵਿਊਜ਼ ਆ ਉੱਤੇ, ਉਹ ਤੋਂ $0 ਕਮਾਇਆ ਕਿਉਂਕਿ ਮੈਂ ਉਹਦੇ 'ਚ ਗਾਣੇ ਪਾਤੇ ਸੀਗੇ ਪੰਜਾਬੀ, ਫਿਰ ਉਹ ਤੁਹਾਡੀ ਮੋਨੀਟਾਈਜੇਸ਼ਨ ਨਹੀਂ ਹੁੰਦੀ ਕਿਉਂਕਿ ਕਾਪੀਰਾਈਟ ਉਹ ਕਲੇਮ ਹੋ ਜਾਂਦਾ ਆ। ਜਿਹੜੀ ਮੇਰੀ ਟੌਪ 3 ਸਭ ਤੋਂ ਜ਼ਿਆਦਾ ਵਿਊਜ਼ ਆਇਆ ਜਿਹੜੀ ਵੀਡੀਓ 'ਤੇ, ਉਹ ਹੈਗੇ $45,592 ਵਿਊਜ਼, ਅਤੇ $12.89 ਕਮਾਇਆ ਮੈਂ ਉਹਦੇ 'ਚੋਂ ਲਾਈਫ ਟਾਈਮ ਜਿੰਨੇ ਅੱਜ ਤੱਕ। ਉਹ ਇੱਦਾਂ ਆ ਕਿਉਂਕਿ ਇਹ ਯੂਟਿਊਬ ਦੇ ਜਿਹੜੇ ਰੂਲਸ ਆ, ਜਦੋਂ ਤੁਸੀਂ ਸਟਾਰਟ ਕਰਦੇ ਹੋ ਯੂਟਿਊਬ ਚੈਨਲ, 1,000 ਸਬਸਕ੍ਰਾਈਬਰ ਐਂਡ ਵਾਚ ਟਾਈਮ ਵਾਲੇ, ਉਹ ਇੱਕ ਡਿਫਰੈਂਟ ਚੀਜ਼ ਆ, ਉਹ ਤੁਸੀਂ ਦੇਖ ਸਕਦੇ ਹੋ। ਜੇ ਆਪਾਂ CPM ਦੀ ਗੱਲ ਕਰੀਏ, ਇਟਸ ਕੋਸਟ ਪਰ 1,000 ਇੰਪ੍ਰੈਸ਼ਨਸ, ਇਹ ਹੈਗਾ ਆ ਕਿ ਮੰਨ ਲਓ 1,000 ਵਿਊਜ਼ ਦੇ ਕਿਹੜੀ ਕੰਟਰੀ ਕਿੰਨੇ ਪੈਸੇ ਦਿੰਦੀ ਆ। ਡਿਵੈਲਪ ਕੰਟਰੀਜ਼ ਆ ਉਹ ਜਿਹੜੇ ਵੱਧ ਦਿੰਦੀਆਂ, ਜਿਹੜੀਆਂ ਡਿਵੈਲਪਿੰਗ ਆ ਉਹ ਘੱਟ ਦਿੰਦੀਆਂ, ਉਹਦਾ ਆਪਾਂ ਡਾਟਾ ਦੇਖ ਲੈਂਦੇ ਹਾਂ ਇੱਕ ਵਾਰੀ। ਜਿੱਦਾਂ ਹੁਣ ਕ੍ਰੀਏਟਰਸ ਦਾ ਇੱਕ ਯੂਟਿਊਬ ਸਟੂਡੀਓ ਹੁੰਦਾ, ਐਪ ਹੁੰਦੀ ਆ, ਜੇ ਤੁਸੀਂ ਕੰਟੈਂਟ ਪਾਉਂਦੇ ਉੱਤੇ ਤੁਹਾਡੇ ਸਾਰੇ ਸਟੈਟਿਸਟਿਕਸ ਆ ਜਾਂਦੇ ਆ ਸਾਰਾ ਕੁਝ। ਐਂਡ ਉਹਦੇ ਹਿਸਾਬ ਨਾਲ ਪਰ 1,000 ਇੰਪ੍ਰੈਸ਼ਨਸ ਜੋ ਕੰਟਰੀਜ਼ ਦੇ ਰਿਹਾ ਤੁਹਾਨੂੰ ਐਡਸ ਦਾ, ਪਾਕਿਸਤਾਨ ਦੇ ਰਿਹਾ $0.94, ਇਹ ਸਾਰਾ ਅਮੈਰੀਕਨ US ਡਾਲਰ 'ਚ ਆ। ਇੰਡੀਆ ਦੇ ਰਿਹਾ $1.12, UAE ਦੇ ਰਿਹਾ $1.96, UK ਦੇ ਰਿਹਾ $4.25, ਕੈਨੇਡਾ ਦੇ ਰਿਹਾ $4.62, ਆਸਟ੍ਰੇਲੀਆ $6.50, ਐਂਡ US ਦੇ ਰਿਹਾ $6.52। ਇਹ ਉਸ ਹਿਸਾਬ ਨਾਲ ਦੱਸ ਰਿਹਾ ਜਿਹੜੀ ਮੇਰੀ ਆਡੀਅੰਸ ਆਈ ਆ ਉਹ ਕੰਟਰੀਜ਼ ਤੋਂ। ਉਹ ਨਹੀਂ ਸ਼ੋਅ ਕਰ ਰਹੇ ਮੈਨੂੰ ਕਿ ਜਿਹੜੀ ਕਦੀ ਆਡੀਅੰਸ ਦੇਖੀ ਨਹੀਂ ਆ। ਮੰਨ ਲਓ ਕਿ ਕੰਟਰੀ ਲਾ ਲਓ ਜਪਾਨ, ਜਪਾਨ ਤੋਂ ਕਿਸੇ ਨੇ ਨਹੀਂ ਮੇਰੀ ਅੱਜ ਤੱਕ ਵੀਡੀਓ ਦੇਖੀ, ਸੋ ਉਹ ਕੰਟਰੀ ਇਹਦੇ 'ਚ ਮੈਨਸ਼ਨ ਨਹੀਂ ਆਉਂਦਾ CPM। ਜਿਹੜੀ ਜਿਹੜੀ ਕੰਟਰੀ ਤੋਂ ਲੋਕਾਂ ਨੇ ਮੇਰੀ ਵੀਡੀਓ ਦੇਖੀ ਆ, ਸਿਰਫ ਉਹਨਾਂ ਦੇ ਮੈਨਸ਼ਨ ਆ ਇਹ CPM। ਇਹ ਵੈਰੀ ਵੀ ਕਰਦਾ ਆ ਕਿ ਹੁਣ ਤੁਸੀਂ ਦੇਖ ਲਓ ਐਮਾਜ਼ੋਨ ਕੋਈ ਨਵੀਂ ਸੇਲ ਆ ਰਹੀ ਹੈ ਅਤੇ ਉਹ ਐਡਸ ਚਾਹੁੰਦੇ ਆ ਐਡਸ ਆਉਣ, ਫਿਰ ਕੰਟੈਂਟ ਕ੍ਰੀਏਟਰ ਆ ਜਿਹੜੇ ਉਹਨਾਂ ਦੇ ਯੂਟਿਊਬ ਚੈਨਲਸ 'ਤੇ ਜ਼ਿਆਦਾ ਐਡ ਆਉਂਦੀਆਂ, ਉਹਨਾਂ ਬੂਸਟ ਅਪ ਹੁੰਦੀ ਆ ਜਿਹੜੀ ਆ ਇਨਕਮ ਆ। ਸੋ ਇੱਦਾਂ ਦੀਆਂ ਚੀਜ਼ਾਂ ਇਕੋਨਮੀ 'ਤੇ ਵੀ ਫੈਕਟਰ ਕਰਦਾ। ਜਿੱਦਾਂ ਇੰਡੀਆ 'ਚ ਮੋਨੀਟਾਈਜੇਸ਼ਨ ਹੋ ਗਈ ਸੀਗੀ, ਡੀਮੋਨੀਟਾਈਜੇਸ਼ਨ ਜੋ ਵੀ ਆ, ਅਤੇ ਉਹ ਵੀ ਮੈਟਰ ਕੀਤਾ ਮੇਰੇ ਖਿਆਲ, ਜਿਹੜਾ CPM ਆ ਉਹ ਡਾਊਨ ਚੱਲ ਗਿਆ ਸੀਗਾ। ਸੋ ਇਹ ਚੀਜ਼ਾਂ ਵੈਰੀ ਕਰਦੀਆਂ ਆ। ਐਂਡ ਜਿਹੜੀ ਮੇਰੀ ਟੋਟਲ ਇਨਕਮ ਆ, ਜਿੰਨੀ ਮੈਂ ਅੱਜ ਤੱਕ ਪੈਸੇ ਕਮਾਏ ਆ ਯੂਟਿਊਬ ਤੋਂ, $100 ਤੋਂ ਲੈ ਕੇ $1,000 ਤੱਕ, ਐਂਡ ਹਲੇ ਮੈਂ ਕੈਸ਼ ਆਊਟ ਨਹੀਂ ਕਰਾਇਓ ਟੂ ਬੀ ਓਨੈਸਟ। ਅਤੇ ਤੁਸੀਂ ਗੈਸ ਕਰੋ ਕਮੈਂਟ ਸੈਕਸ਼ਨ 'ਚ, ਜੇ ਤੁਸੀਂ ਸਹੀ ਗੈਸ ਕਰੂਗਾ ਜਿਹੜਾ ਉਹਨੂੰ, ਉਹਦਾ ਕਮੈਂਟ ਮੈਂ ਲਾਈਕ ਕਰ ਦੂੰਗਾ, ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਕਿ ਕਿੰਨੇ ਪੈਸੇ ਕਮਾਇਆ। ਐਂਡ ਇੱਕ ਹਾਰਡ ਜਿਹਾ ਡਿਸੀਜਨ ਆ, ਕੋਈ ਦੱਸਦਾ ਨਹੀਂ ਆਪਣੀ ਇਨਕਮ ਵੀ ਕਿੰਨੇ ਕਮਾਏ ਕਿੰਨੇ ਨਹੀਂ। ਮੈਂ ਕਿਹਾ ਵੀ ਇੱਕ ਵੀਡੀਓ ਬਣਾ ਕੇ ਦੱਸ ਦਈਏ ਕਿ ਤੁਹਾਨੂੰ ਆਈਡੀਆ ਹੋ ਜੂਗਾ ਕਿੰਨੇ ਪੈਸੇ ਕਮਾਉਂਦੇ ਯੂਟਿਊਬ ਤੋਂ। ਪਰ ਇਹ ਜੇ ਤੁਸੀਂ ਯੂਟਿਊਬ ਸਟਾਰਟ ਕਰਨਾ ਆ, ਪੈਸੇ ਕਮਾਉਣ ਲਈ ਫਾਇਦਾ ਨਹੀਂ ਆ। ਜੇ ਤੁਸੀਂ ਪੈਸ਼ਨ ਆ, ਤੁਸੀਂ ਫੋਲੋ ਕਰਨਾ ਚਾਹੁੰਦੇ ਆਪਣਾ ਪੈਸ਼ਨ, ਕਰ ਸਕਦੇ ਹੋ, ਵਧੀਆ ਚੀਜ਼ ਆ, ਕਰਨੀ ਚਾਹੀਦੀ ਆ ਜੋ ਤੁਹਾਡਾ ਪੈਸ਼ਨ, ਉਹਨੂੰ ਫੋਲੋ ਕਰਨਾ ਚਾਹੀਦਾ। ਐਂਡ ਹੁਣ ਦੇਖੋ ਮੈਂ ਕਮਾਏ ਹੋਊਗੇ ਜਿੰਨੇ ਪੈਸੇ, ਉਹ ਤੋਂ ਵੱਧ ਮੇਰੇ ਖਰਚੇ ਆ। ਹੁਣ ਮੈਂ ਕਿੰਨੀਆਂ ਚੀਜ਼ਾਂ ਬਾਏ ਕੀਤੀਆਂ, ਮੈਂ ਡਰੋਨ ਬਾਏ ਕੀਤਾ, ਨਵਾਂ ਕੈਮਰਾ ਬਾਏ ਕੀਤਾ, ਇਕਵਿਪਮੈਂਟ ਸਾਰੀ ਜੋ ਵੀ ਸੀਗਾ, ਉੱਤੇ ਮੇਰੇ $1,000 ਖਰਚ ਹੋ ਗਏ। ਐਂਡ ਜਿਹੜੀ ਐਡੀਟਿੰਗ ਵਾਲੀ ਆ ਵੈਬਸ, ਉਹ ਐਡੀਟਿੰਗ ਵਾਲੀ ਐਪ ਆ, ਉਹਦੇ ਮੇਰੇ ਮਹੀਨੇ ਦੇ ਮਹੀਨੇ ਜਾਂਦੇ ਆ। ਸੋ ਇਹ ਖਰਚੇ ਜ਼ਿਆਦਾ ਆ ਹਲੇ, ਕਮਾਈ ਘੱਟ ਆ। ਸੋ ਫਿਰ ਉਹੀ ਉੱਥੇ ਗੱਲ ਆ ਜਾਂਦੀ ਆ ਪੈਸ਼ਨ, ਤੁਸੀਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਫੋਲੋ ਕਰੋ। ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤੁਸੀਂ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਇੰਨਾ ਕੁ ਤੁਸੀਂ ਕਰ ਹੀ ਸਕਦੇ ਹੋ। ਥੈਂਕ ਯੂ ਫੋਰ ਵਾਚਿੰਗ, ਅਗਲੀ ਵੀਡੀਓ 'ਚ ਮਿਲਦੇ ਆਪਾਂ। ਬਾਬੇ
ਮੈਂ ਅੱਜ ਵੀਡੀਓ ਬਣਾਉਂਦਾ ਆਪਣੀ ਇਨਕਮ ਰਿਵੀਲ ਕਰਨ ਦਿਆਂ ਯੂਟਿਊਬ ਵਾਲੀ, ਤੇ ਤੂੰ ਆਪਣੀ ਇਨਕਮ ਦੱਸਣਾ ਚਾਹੂੰਗਾ ਤਾਂ ਫੋਨ ਕੀਤਾ ਤੂੰ ਪੁੱਛਣ ਲਈ ਕਿਹੜੀ ਸਾਰੀ ਇਨਕਮ ਦੱਸਾਂ ਕਿ ਸਿਰਫ ਵਾਈਟ 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 ਬੇ ਜਿਹੜੀ ਆ ਰੀਅਲ ਹੁੰਦੀ ਹੈ ਨਾ, ਰੀਅਲ ਵਾਲੀ, ਇਹ ਰੀਅਲ ਵਾਲੀ, ਇਹ ਵਾਲੀ, ਇਹ ਰੀਅਲ ਬਾਬੇ ਰੀਅਲ ਆਪਾਂ ਤਾਂ ਬਾਬੇ ਪੁੱਠੇ ਸਿੱਧੇ ਕੰਮ ਛੱਡ ਕੇ ਲਾੜਿਆ ਚਾਹੀਦੀ ਗੱਲ ਕਰ ਨਹੀਂ ਕਰੀ ਬਾਬੇ ਨੋ ਮੈਨ ਨਿਊਜ਼ ਚੱਲ ਬਾਬੇ ਬਹੁਤ ਤੇਰੇ ਨਾਲ ਹੋ ਗਈ ਗੱਲ, ਥੈਂਕ ਯੂ, ਹੁਣ ਮੈਂ ਆਪਣੇ ਦੂਜੇ ਬੰਦੇ ਨੂੰ ਫੋਨ ਕਰਾਂ, ਓਕੇ ਬਾਏ। ਕਿੱਦਾਂ ਬਾਬੇ? ਓਏ ਬਾਬੇ ਮੈਂ ਨਾ ਵੀਡੀਓ ਬਣਾਉਣਾ ਯੂਟਿਊਬ 'ਤੇ ਆਪਣੀ ਇਨਕਮ ਰਿਵੀਲ ਕਰਨ ਵਾਲੀ, ਜਿੱਦਾਂ ਲੋਕ ਬਣਾਉਂਦੇ ਆ ਘੁੰਮਾ ਫਿਰਾ ਕੇ ਗੱਲਾਂ ਨਹੀਂ ਕਰਦੇ ਹੁੰਦੇ ਨਾ ਆਪਾਂ ਅਸਲੀ ਕਿੰਨੇ ਪੈਸੇ ਕਮਾਏ ਵੀਡੀਓ ਤੋਂ, ਅਤੇ ਆਪਾਂ ਗੱਡੀ ਚਲਾ ਰਹੇ ਹਾਂ ਅਤੇ ਜੇ ਟੈਕਟ ਮਿਲ ਗਈ ਫਿਰ ਤੁਹਾਡੀ ਇਨਕਮ 'ਚ ਬਾਬੇ ਐਂ ਨਾ ਕਰੋ ਯਾਰ, ਇਹ ਮਤਲਬ ਫਿਰ ਮਹਿੰਗੀ ਪੈ ਜਾਣੀ ਆ। ਬਾਬੇ ਮੇਰੀ ਗੱਲ ਸੁਣ, ਤੂੰ ਆਪਣੀ ਇਨਕਮ ਰਿਵੀਲ ਕਰਨਾ ਚਾਹੂੰਗਾ? ਨੋ। ਦੇਖ ਲਾ ਬਾਬੇ ਇਨਕਮ ਰਿਵੀਲ ਕਰਕੇ ਕੀ ਹੋਣਾ ਬੇ, ਲੋਕ ਹੀ ਰਹਿਣਾ ਚਾਹੀਦਾ ਵੈਸੇ, ਮੈਂ ਵੀ ਵੀਡੀਓ ਬਣਾਤੀ ਏ, ਬਣਾਉਣੀ ਚਾਹੀਦੀ ਮੈਨੂੰ ਕਿਹੜੀ ਇਨਕਮ ਵਾਲੀ ਵੀਡੀਓ ਬਣਾਈ ਜਾਂਦਾ ਬਣਾਉਣ ਆ ਬਸ, ਤੈਨੂੰ ਮੈਂ ਕਰਦਾ ਹੈ ਸੰਪਰਕ, ਬਾਏ ਕਹਦੇ ਵਲੌਗ ਨੂੰ ਇੱਕ ਵਾਰੀ, ਕਿਦਾਂ ਬਾਏ ਕਹਦੇ ਵਲੌਗ ਨੂੰ, ਬਾਏ ਵਲੌਗ, ਬਾਏ ਵਲੌਗ, ਠੀਕ ਆ।